ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਐਚ ਐਸ ਰੀਕੰਸਟਰਕਸ਼ਨ ਅੱਜ ਆਪਾਂ ਗੱਲ ਕਰਨੀ ਆ ਆਪਣਾ ਇਹਨੂੰ ਕਹਿੰਦੇ ਹੈਗੇ ਸਪੀਡ ਸਕੁਆਇਰ ਇਹਦੇ ਫਾਇਦੇ ਕਾਫੀ ਹੁੰਦੇ ਹੈਗੇ ਆ ਜਿਵੇਂ ਮੰਨ ਲਓ ਅਸੀਂ ਇੱਥੇ ਉੱਪਰ ਖੜੇ ਹਾਂ ਰਾਫਟਰਸ ਵਗੈਰਾ ਰਾਈ ਇਹਨਾਂ ਆਪਾਂ ਐਂਗਲ 'ਤੇ ਕੱਟ ਕਰਨਾ ਤਾਂ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਆ ਇਹਨੂੰ ਜਿੱਦਾਂ ਨਾ ਇਹਦੇ ਵਿੱਚ ਆਹ ਜਿਹੜਾ ਡੋਟ ਹੈਗਾ ਇਹਨੂੰ ਇਹਨੂੰ ਅਤੇ ਜੇ ਆਪਾਂ ਇਸ ਪੁਆਇੰਟ ਨੂੰ ਆਪਾਂ ਇਹਦੇ 'ਤੇ ਰੱਖ ਲਈਏ ਇੱਥੇ ਔਰ ਇਹਦਾ ਐਂਗਲ ਬਣਾਉਣਾ ਇੱਥੇ 10 ਡਿਗਰੀ ਦਾ ਐਂਗਲ ਬਣਾਉਣਾ ਅਤੇ ਆਹ ਸਾਰੇ ਇਹਦੇ ਨਾ ਇਹਦਾ ਇੱਕ ਸਾਈਡ 'ਤੇ ਐਂਗਲ ਦਿੱਤੇ ਹੋਏ ਆ 10, 20, 30, 40, 45 ਆਲ ਦਾ ਵੇ 100 ਡਿਗਰੀ ਤੱਕ ਜਾਂਦੇ ਆ 90 ਸਾਰੀ ਅਤੇ ਆਪਾਂ ਕੀ ਕਰਨਾ ਹੈਗਾ ਜਿੱਦਾਂ ਹੁਣ ਕੋਈ ਪੁਆਇੰਟ ਲੈ ਲਿਆ ਆਪਾਂ ਆਪ ਇੱਕ ਪੁਆਇੰਟ ਕਰ ਲਿਆ ਪੁਆਇੰਟ ਆਪਾਂ ਨੂੰ ਰੱਖਿਆ ਇੱਧਰ ਰੱਖਦੇ ਅਤੇ ਐਂਗਲ ਸਾਡੇ ਆਹ ਹੋ ਗਿਆ 10 ਸਾਈਡ ਥੋੜ੍ਹਾ ਜਿਹਾ ਰੋਟੇਟ ਕਰਦਾ ਰੋਟੇਟ ਕਰੋਗੇ ਜਦੋਂ 10 'ਤੇ ਤੁਹਾਡਾ ਇਸ ਦਾ ਲੈਵਲ 10 'ਤੇ ਆ ਗਿਆ ਨਾ ਮਤਲਬ ਕਿ 10 ਡਿਗਰੀ ਦਾ ਐਂਗਲ ਬਣ ਗਿਆ ਅਤੇ ਮੈਂ ਇੱਥੋਂ ਲਓ ਇਹਨੂੰ ਮਾਰਕ ਕਰੋ ਅਤੇ ਤੁਹਾਡਾ 10 ਡਿਗਰੀ ਐਂਗਲ 'ਤੇ ਕੱਟ ਬਚਣਾ ਇਹਨੂੰ ਕੱਟ ਕਰ ਦਿਓ ਕੱਟ ਕੇ ਤੁਹਾਡਾ ਸੇਮ ਉਹ ਜਦੋਂ ਕੱਢੇ ਹੋਏ ਬਰਾਬਰ ਸਾਰੇ 10 ਡਿਗਰੀ ਦਾ ਐਂਗਲ ਬਣ ਗਿਆ ਥੈਂਕ ਯੂ